तो आबाद बन गया। ठीक है मैं بسم اللہ الرحمن الرحیم الصلوات ان الحسین مصباح الہدا وسفینۃ النجاۃ الصلوات نعرے تکبیر نعرے رسالت نعرے حیدری درود بر محمد و آل محمد اجازت ہے میں پڑھنا شروع کروں نو مہینے نو دن نو گھنٹے نو منٹ اور نو سیکنڈ ظلمات سلاسج انسان گزار کے دنیا تے پہلا قدم رکھ دئی ہے رومنا شروع کر دینا مجال ہے سہی انتہائی سنجیدہ لوگوں خطاب ہے میرا اور میں دس نہیں سکتا جو کتنا خوبصورت اور اہمیت والا موضوع میں شروع کی اور یہ موضوع توقع آمن والے ایام ازا اور ایام محرم بہم فائدہ پہنچے سے بلکہ حقیقت ہے جو میں شروع اسے واسطے کی تھے جو زیادہ دور پڑھا ونی تا گالیں بھولوینیاں تھوڑا ٹائم میں محرم دی آمد اچھ تو اکو موتی یہ حقائق یاد رہا سن نو مہینے نو منٹ نو دین نو گھنٹے نو منٹ تے نو سیکنڈ ظلمات سلاسج گزار کے انسان دنیا تے پہلا قدم رکھ دے فوراں رون دے صرف شیعہ دا بال نہیں روندا صاحبان اسلام دا بچے تو روندے غیر مسلم ہے تو روندے ہندو ہے عیسائی ہے مرزائی ہے کہیں بھی مسلب کو مکتب دا بچے روندے توجہ نہیں فرمائی اچھا او کو رومن تے مجبوری نہیں کیتا ویندا اپنی مرضی نار روندا ہے سبحان اللہ اپنی فطرت جبلت اور خمیر دی وجہ تو روندا ہے سچ بیٹھا آدم ایویں حقیقت ہے ایویں نہ سائیں ہر بچہ روند ہے اور دیر نال ہی نہیں پہلا قدم دنیا تے رکھ سی فوراں رو سی کدیں سوچیا وے کیوں روند ہے او پیو ماں کوں تے وارساں کو دسائیں دے گھبراون دی ضرورت نہیں میں جیندا سبحان اللہ ترائے
ਚਲਦੀ ਮਜਲਿਸ ਵਿੱਚ ਤ੍ਰੈ ਨਾਰਾਂ ਨਾਲ ਗਾਲ ਦਾ ਲੁਤਫ ਕਮਜ਼ੋਰ ਥੀ ਵੈਂਦੇ, ਇੱਕੋ ਨਾਰਾ ਕਾਫੀ ਹੈ। ਤਵੱਜੋ ਹੈ ਮੇਰੇ ਬਿਆਨ ਥੋੜ੍ਹਾ ਜਿਹਾ, ਜ਼ਰਾ ਗੁਫ਼ਤਗੂ ਦੇ ਆਦਾਬ ਇਹਨਾਂ ਚੀਜ਼ਾਂ ਕੋ ਸਾਹਮਣੇ ਰੱਖਾ ਕਰੋ। ਬੱਚਾ ਪੈਦਾ ਹੁੰਦਾ ਹੈ ਫੌਰਨ ਨਾਰਾਜ਼ ਹੋ ਗਏ, ਉਹ ਮੈਂ ਤਾਂ ਇਸਲਾਹ ਬੈਠਾ ਕਰਨਾ ਹੈ, ਕਿਉਂ ਰੋਂਦਾ ਹੈ? ਉਹ ਦੱਸਦੇ ਘਬਰਾਵਣ ਦੀ ਜ਼ਰੂਰਤ ਨਹੀਂ, ਬੋਲੋ ਭਾਈ, ਬੋਲ ਤਾਂ ਸਕਦਾ ਨਹੀਂ ਜੋ ਆਖੇ ਮੈਂ ਦਿੰਦਾ, ਰੋਵਣ ਦੇ ਤਰੀਕੇ ਦੱਸਦੇ, ਮੈਂ ਬਸ ਆ ਤਾਂ, ਮੈਂ ਬਖੈਰੀ ਆ ਤਾਂ, ਫਿਕਰ ਦੀ ਜ਼ਰੂਰਤ ਨਹੀਂ ਮੈਂ ਦਿੰਦਾ। ਮਾਲੂਮ ਹੋਇਆ ਰੋਵਣਾ ਜ਼ਿੰਦਗੀ ਏ, ਸੁਭਾਨ ਅੱਲਾ ਸੁਭਾਨ ਅੱਲਾ। ਨਾ ਨਾ ਨਾ, ਸਵਾਲ ਕਰੋ ਤੁਸੀਂ ਯਾਰ, ਮੈਡੀਕਲ ਤਿਬ ਦੇ ਮਾਹਰੀਨ ਤੋਂ ਪੁੱਛੋ, ਹੁਕਮਾਏ ਹਾਜ਼ਿਕ ਤੋਂ ਪੁੱਛੋ, ਯੂਸਫ ਸ਼ਾਹ ਬੱਚਾ ਕਿਉਂ ਰੋਂਦਾ ਹੈ? ਨਾ ਤਕਲੀਫ, ਨਾ ਦਰਦ, ਨਾ ਪੀੜ। ਚਲੋ ਸਿਰਫ ਸ਼ੀਆਂ ਦਾ ਬੱਚਾ ਹੋਵੇ ਆ ਤਾਂ ਠੀਕ ਹੈ ਭਾਈ, ਕਿਉਂਕਿ ਰੋਵਣਾ ਇਹਨਾਂ ਦੀ ਬਖਸ਼ਿਸ਼ ਹੈ। ਹਾਏ 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 ਹਾਏ, ਰੋਵਣਾ ਇਹਨਾਂ ਦੀ ਹਯਾਤ ਹੈ, ਸ਼ੀਆਂ ਦਾ ਬਾਲ ਇੱਤਾਂ ਰੋਂਦਾ ਪਏ। ਨਾ 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 ਨਾ, ਤਾਲੁਕ ਇਨਸਾਨੀਅਤ ਨਾਲ ਹੈ। ਕਹਿ ਵੀ ਮਕਤਬ ਦਾ ਬੱਚੇ ਬਸ ਲੱਗਦਾ ਫੌਰਨ ਰੋਂਦੇ, ਕਿਉਂ ਰੋਂਦੇ? ਉਹ ਰੋ ਕੇ ਐਲਾਨ ਕਰਦੇ ਦੁਨੀਆ ਵਾਲੋ, ਮੈਂ ਕੋਈ ਮੁਰਦਾ ਨਾ ਸਮਝਾਏ ਮੈਂ ਜ਼ਿੰਦਾ। ਮਾਲੂਮ ਹੋਇਆ ਜਿਹੜੇ ਰੋਂਦੇ ਨੇ ਉਹ ਜ਼ਿੰਦਨ, ਜਿਹੜੇ ਰੋਵਣ ਤੇ ਫਤਵੇ ਲੈਂਦੇ ਨੇ ਉਹ ਕੱਲ ਵੀ ਮੁਰਦਾ ਹਨ, ਉਹ ਅੱਜ ਵੀ ਮੁਰਦਾ। ਤੁਹਾਨੂੰ ਮੇਰਾ ਖਿਆਲ ਹੈ ਇਹ ਮੌਜੂ ਪਸੰਦ ਨਹੀਂ ਆਇਆ, ਮੈਂ ਪਹਿਲੇ ਗੁਜ਼ਾਰਿਸ਼ ਕੀਤਾ ਹੈ ਕਿ ਇਹ ਦਾਦਾਂ ਵਾਲਾ ਜਾਂ ਮਜਮੇ ਕੋ ਗਰਮਾਉਣ ਵਾਲਾ ਮੌਜੂ ਨਹੀਂ ਹੈ, ਕਿਉਂਕਿ ਮੁਹਰਮ ਦੀ ਇਸਤਿਕਬਾਲੀ ਮਜਲਿਸ ਹੈ ਨਾ ਸ਼ਾਹ ਸਾਹਿਬ। ਮੈਂ ਚਾਹੁੰਦਾ ਜੋ ਤੁਹਾਡੇ ਅੰਦਰ ਦਾ ਅਜ਼ਾਦਾਰ ਇੱਕ ਮੰਜ਼ਿਲ ਵੀ ਆ ਬੁਲੰਦ ਥੀ, ਤਾਂ ਕਿ ਮੁਹਰਮ ਦੇ ਵਿੱਚ ਉਲਮਾ ਜ਼ਾਕਰੀਨ ਕੋ ਜ਼ਿਆਦਾ ਵਜ਼ਾਹਤ ਦੀ ਜ਼ਰੂਰਤ ਨਾ ਹੋ। ਰੋਵਣ ਜ਼ਿੰਦਗੀ ਹੈ, ਰੋਵਣ ਜ਼ਿੰਦਾ ਹੋਵਣ ਦੀ ਦਲੀਲ ਹੈ, ਨਾ ਰੋਵਣ ਉਹ ਬਾਈ ਬੱਚਾ ਰੋਵੇ ਤਾਂ ਮੁਤਮਿਨ ਥੀ ਵੈਂਦੇ ਨੇ ਵਾਰਿਸ ਬਈ ਜੀਂਦਾ ਹੈ, ਨਾ ਰੋਵੇ। ਤਵੱਜੋ ਫਰਮਾਈ ਮੇਰੇ ਭਾਈ, ਆ ਸੱਚਾ ਦੇ ਬੈਠਣ ਭਾਈ ਜਾਨ ਖਬੇ ਬਾਜ਼ੂਆਂ ਕਿ ਨਾ ਰੋਵੇ ਤਾਂ ਵਧ ਆਪ ਰੋਵਣ ਲੱਗ ਪੈਂਦੇ ਨੇ। ਜਨਾਬੇ ਸ਼ੇਖ ਜਾਫਰ ਸ਼ੁਸਤਰੀ, ਇਹ ਅਗਲਬਨ 150 ਸਾਲ ਪਹਿਲੇ ਦੇ ਸਾਰੇ ਸ਼ੀਆ ਸਕਾਲਰ ਹਨ, ਆਲਮ ਹਨ। ਇਹੋ ਜਿਹੇ ਲੋਕਾਂ ਵਾਸਤੇ ਆਲਮ ਦਾ ਲਫ਼ਜ਼ ਵੀ ਮੈਂ ਬੋਲਣਾ ਛੋਟਾ ਮਹਿਸੂਸ ਕਰਾਂ, ਇਹ ਸੱਚੀ ਗੱਲ ਹੈ ਬਾਬਾ। ਬਾਬਾ ਅਸਾਂ ਤਾਂ ਪੂਰਾ ਸਾਲ ਪੜ੍ਹਨ ਲਿਖਣ ਦਾ ਕੰਮ ਕਰਦੇ, ਮੈਂ ਸ਼ਖਸੀਅਤ ਕੁਝ ਜਾਣਦਾ, ਮਾਰੂਫ ਇਸਤੇਮਾਲ ਅਤੇ ਮਾਨ 'ਚ ਆਖ ਰਹੇ ਆਲਮ, ਵਰਨਾ ਆਲਮ ਲਫ਼ਜ਼ ਛੋਟਾ ਹੀ ਨਾ ਵਸਤਾ। ਉਹ ਇਸ ਵਾਸਤੇ ਜੋ ਇਹ ਸਿਰਫ ਪੜ੍ਹੇ ਲਿਖੇ ਲੋਕ ਨਾ ਹਨ, ਇਹਨਾਂ ਦਾ ਅਕੀਦਾ ਵੀ ਠੀਕ ਹੈ, ਅਜ਼ਾਦਾਰ ਵੀ ਚੰਗੇ ਹੈ। ਕੋਈ ਨਹੀਂ ਮੂਡ ਤੁਹਾਡਾ ਸਹੀ ਦੱਸੋ। ਸ਼ੇਖ ਜਾਫਰ ਸ਼ੁਸਤਰੀ, ਇਹ ਸਫੇ ਉਲਮਾਏ ਸ਼ੀਅਤ, ਇਹ ਉਹ ਬਖਤਾਵਰ ਆਲਮ ਹੈ ਜੈ ਜ਼ਾਕਰੀ ਦਾ ਸਬਕ, ਮਜਲਿਸ ਪੜ੍ਹਨ ਦਾ ਸਬਕ ਕਹਿ ਦੁਨਿਆਵੀ ਜ਼ਾਕਿਰ ਆਲਮ ਤੂੰ ਨਹੀਂ ਗਿੱਧਾ, ਖੁਦ ਹਬੀਬ ਇਬਨੇ ਮਜ਼ਾਹਿਰ ਦੇ ਅੱਗੋਂ ਸ਼ੱਕਰ ਆਈ। ਤਵੱਜੋ ਫਰਮਾਈ,
خود سرکار حسین علیہ السلام جناب حبیب کو حکمن فرمایا کہ اے میرے مرثیے پڑھنا چاہندا ہے، ایک تو اپنا شاگرد بنا. جہاں تک میرے معلومات ہیں صاحبان ممبر اچ اے پہلا تے آخری آدمی ہے جنہاں استاد جناب حبیب ہے. بھائی غور فرمائے علم دوست آباب، سنجیدہ مجلس، بامانہ مجلس اور افادیت اہمیت والی مجلس آئی دے دور اچ پڑھنا جوئے شیر لاون دے مترادف، ورنہ سارا زور تا اپنا گھنٹا کامیاب کرن واسطے لایا ویندے. توجہ اے، چاہے مجلس دے بعد کوئی یاد رہوے یا نہ رہوے کہیں تو. میں انہاں ساریاں چیزاں تو بے نیاز ہو کے اپنی ذات کو مینس کر کے حسینیت دے افادے واسطے موتی تواری نظر. اس عالم نے جو حبیب ابن مظاہر دا شرف تلمیزی رکھ دن، انہاں اپنی کتاب خصائص الحسینیت عشق حسین اچ غم حسین اچ واہن علی ہنج دیاں پنج خصوصیات لکھیاں. اوے تساں شمار کرو، گنو، محفوظ کرو تے میں دعا گننا تہاڈے کول. کس دیاں خصوصیات؟ ہنج دیاں، آنسو دیاں. کیڑی ہنج؟ جیڑی محبت حسین جوان دی. میں دریا دے خصوصیات نہیں، میں ہنج دے خصوصیات دسیندا پیاں. سبحان اللہ، سبحان اللہ. طبیعت ٹھیک ہے بھائی جان؟ شروع کر دے ماں. میں لکھن والا عالم حبیب ابن مظاہر دا شاگرد شیخ جعفر شستری، لگ بھگ 150 سال پہلے جنہاں دی وفات. بھائی پوری توجہ علم دوست، انہاں پہلی خصوصیت لکھی آنسو دی، ہنج دی. احب القطرات الی اللہ، انہاں فرمایا کہ پانی کوئی بھی ہووے او بے مثال نعمت ہے. جو ہر شے دی زندگی پانی ہے، مگر جیڑے پانیاں چو اللہ کو سب تو زیادہ پانی پسند ہے او آنسو ہے جڑا محبت حسین اج رخسار تے جاری تھی. سبحان اللہ. ہن میں عالم ہی دسی بیٹھا، اس عالم دی اہمیت ہی دسی بیٹھا، کتاب ہی دسی بیٹھا، تے گفتگو دا تعلق تواڈی محبوب شخصیت حسین ابن علی نال. سبحان اللہ. توجہ ہے میرے بیان تے کہ جڑا آنسو عشق حسین اچ، غم حسین اچ، محبت حسین اچ تواڈے رخسار تے لڑدا ہے، دنیا دے پانیاں چو اے پانی ہنج دا اللہ کو زیادہ محبوب ہے. کیا سنا وے؟ آئی دی مجلس دبانی کون ہے؟ بولو یار. سید صفدر حسین شاہ صاحب. کوئی شک ہے میری مجلس ہوندی ہے بانی کون ہوندے؟ میں سکلین کر لوں. سردار بھک صاحبان بیٹھے، سادات بیٹھے، یوسف شاہ صاحب بیٹھے، سارے بانیان بیٹھے، تو مجالس کروائیں گے. بھائی طاہر خان صاحب بیٹھے. لا الہ الا اللہ محمد الرسول اللہ علی ولی اللہ. اساں تے میں تعبیرن آکھے ویندے ہیں جو بانیاں ہیں. طاہر خان دی مجلس ہے، سگلین گلو دی مجلس ہے، صفدر شاہ صاحب دی مجلس ہے، یوسف شاہ صاحب دی مجلس ہے، کالو خان دی میں غور نہیں فرمایا میرے بیان دی، سجاد حسین دی مجلس ہے. آکھ دیندے ہیں، تعبیرن آکھ دیندے ہیں. اے علمت میرے ہاتھ تھی وے. میں 30 سال دی تحقیق دے بعد دیانت تے صداقت دا دامن نپ کے آدھا بیٹھا. عزاداری حسین دا اصلی تے حقیقی تے باطنی بانی خود اللہ ہے. مجال بابا، اے تا تعبیرن آکھ دینے ہیں اساں.
ਬਈ ਨਾਂ ਜੋ ਲਿਖਸੂ ਬਈ ਤਾਹਿਰ ਖਾਨ ਦੀ ਮਜਲਿਸ ਸਕਲੈਨ ਗੱਲੋ ਦੀ ਲੋਕ ਦੁਆ ਕਰੇ ਸਨ। ਵਰਨਾ ਮਜਲਿਸ ਅਜ਼ਾਦਾਰੀ ਮਾਤਮਦਾਰੀ ਦਾ ਅਸਲ ਬਾਨੀ ਬੋਲੋ। ਉਹ ਬਾਬਾ ਤੂੰ ਤੇ ਮੈਂ ਅਸਲੀ ਬਾਨੀ ਹੋਊਂਗਾ ਤੇ ਜਿਤਨੀ ਅਜ਼ਾਦਾਰੀ ਦੀ ਦੁਸ਼ਮਣੀ ਹੈ ਹੁਣ ਤੱਕ ਰੁਕ ਮੁੱਕ ਗਈ ਹੋਵੇ ਆ। ਇਹ ਜਿਹੜੀ ਰੁਕਦੀ ਤੇ ਮੁੱਕਦੀ ਨਹੀਂ ਪਈ ਇਹਦਾ ਬਾਨੀ ਅੱਲਾ ਹੈ। ਨਾ ਦੁਨੀਆ ਦੀ ਕਹਿ ਤਾਕਤ ਤੂੰ ਅੱਲਾ ਦਾ ਮੁਕਾਬਲਾ ਮੁਮਕਿਨ ਹੈ ਨਾ ਇਸ਼ਕੇ ਹੁਸੈਨ ਦੇ ਮਿਸ਼ਨ ਮਿਟਦਾ ਹੈ। ਕੋਈ ਨੀ ਮੂਡ ਤੁਹਾਡਾ ਸੁਣਨ ਤੇ ਮੈਂ ਹੁਣ ਤੁਹਾਨੂੰ ਤਰਾਏ ਹਵਾਲੇ ਦਿੰਦਾ ਬਈ ਮੇਰੀ ਮਜਲਿਸ ਤੇ ਹੁਸੈਨੀ ਸਬਕ ਹੀ ਵੀ ਅਗਰ ਤੁਹਾਨੂੰ ਪਸੰਦ ਹੈ ਤਾਂ ਮੈਂ ਪੜ੍ਹਦਾ ਤਾਂ ਕਿ ਆਉਣ ਵਾਲੇ ਅਯਾਮ ਅਜ਼ਾਏ 'ਚ ਮੇਰੀ ਕੌਮ ਦੇ ਬੱਚਿਆਂ ਕੋ ਫਾਇਦਾ ਥੀ ਗਏ। ਤਵੱਜੋ ਰੱਖਾ ਇਲਮ ਦੋਸਤਾ ਬਾ ਤਰਾਏ ਹਵਾਲੇ ਦਿੰਦਾ ਮੈਂ ਤੁਹਾਨੂੰ ਔਰ ਮੈਂ ਉਹਨਾਂ ਹਵਾਲਾ ਨਾਲ ਸ਼ੀਆ ਕਿਤਾਬਾਂ ਦੇ ਸਾਬਿਤ ਕਰੇ ਸਨ ਜੋ ਆਜ਼ਾਦਾਰੀ ਦਾ ਅਸਲ ਬਾਨੀ ਅੱਲਾ ਹੈ। ਚਲੋ ਅਜੇ ਹੀ ਸਮਝ ਨਹੀਂ ਹੈ ਮੈਂ ਤੁਹਾਨੂੰ ਸੌਖਾ ਕਰਕੇ ਸਮਝਣਾ ਇਹ ਜਿਹੜੀ ਫੂੜੀ ਤੇ ਬੈਠੇ ਵੇ ਇਹ ਫੂੜੀ ਅੱਲਾ ਵਿੱਚ ਵਾਈ ਹੈ। ਸੁਭਾਨ ਅੱਲਾ ਹੁਣ ਸਮਝ ਆਈ ਬਈ ਜਾਂ ਕੋਈ ਨਹੀਂ ਇਹ ਜਿਹੜੀ ਸਭ ਹੈ ਜੀ ਇਹ ਅੱਲਾ ਵਿੱਚ ਵਾਈ ਹੈ। ਇਹ ਜਿਹੜਾ ਲੰਗਰ ਕੀਤਾ ਵੇ ਇਹ ਖੁਦ ਖੁਦਾ ਤੁਹਾਡਾ ਮੇਜ਼ਬਾਨ ਆ। ਸੁਭਾਨ ਅੱਲਾ ਸੁਭਾਨ ਅੱਲਾ। ਹੁਣ ਮੈਂ ਤਰਾਏ ਹਵਾਲੇ ਦਿੰਦਾ ਸਾਈਂ ਬਸ ਬਾਈ ਪੂਰੀ ਤਵੱਜੋ ਦੋਸਤੋ ਮੈਂ ਟਾਈਮ ਜ਼ਿਆਦਾ ਨਾ ਕਿੰਨਾ ਤੁਹਾਡਾ ਤਰਾਏ ਹਵਾਲੇ ਦਿੰਦਾ। ਹਿੰਦੁਸਤਾਨ ਮੁਤਹਦਾ 47 ਤੋਂ ਪਹਿਲੇ ਦੀ ਗੱਲ ਕਰਨ ਦਾ ਸੂਬਾ ਬਹਾਰ ਜ਼ਿਲ੍ਹਾ ਸਹਾਰਨਪੁਰ ਗਾਉਂ ਦਾ ਨਾਮ ਹੈ ਕਸਬੇ ਵਿਲੇਜ ਕਰੀਏ ਦਾ ਨਾਮ ਹੈ ਖਜੂਆ ਜਿੱਥਾਂ ਅਲਾਮਾ ਸੈਯਦ ਮੁਹੰਮਦ ਬਾਕਿਰ ਤਸ਼ਰੀਫ ਰੱਖਦੇ ਹਨ ਔਰ ਮਹਾਨਾ ਇਸਲਾਹ ਨਾਮੀ ਇੱਕ ਰਿਸਾਲਾ ਸ਼ਾਇ ਕਰਦੇ। ਬੜੇ ਸ਼ੀਆ ਉਲਮਾ ਦਾ ਤਲੁਕ ਇਸ ਕਸਬੇ ਨਾਲ ਹੈ। ਉੱਥਾਂ ਇੱਕ ਬਾਦਸ਼ਾਹ ਨੇ ਬਹੁ ਵੱਡਾ ਨਕਾਰਾ ਬਣਵਾ ਕੇ ਰੱਖਾ ਹੋਇਆ ਨਗਾਰਾ ਇਹ ਸਪੀਕਰ ਤੇ ਐਲਾਨ ਤਾਂ ਕੱਲ੍ਹ ਦੀ ਗੱਲ ਹੈ ਨਾ ਬਿਜਲੀ ਦੇ ਬਾਅਦ ਅੱਗੇ ਮਜਲਿਸ ਦਾ ਐਲਾਨ ਨਗਾਰੇ ਮਾਰਨ ਨਾਲ ਥੀਂਦਾ ਨਗਾਰਾ ਜੋ ਵਜਿਆ ਤਾਂ ਵਜੋ ਨਹੀਂ ਫਰਮਾਈ ਹਰ ਇਮਾਮ ਬਰਗਾਹ 'ਚ ਅਲਹਿਦਾ ਨਗਾਰਾ ਹੁੰਦਾ ਉਹ ਪਤਾ ਲੱਗ ਪੈਂਦਾ ਬਈ ਮਜਲਿਸ ਜਾਂ ਚੰਦ ਮੁਹਰਮ ਦਾ। ਉਹ ਮਹਾਰਾਜੇ ਨੇ ਇੱਕ ਮੁਲਾਜ਼ਮ ਰੱਖਾ ਹੋਇਆ ਤੇ ਬਹੁ ਵੱਡਾ ਨਗਾਰਾ ਜੋ ਬੰਦਾ ਬਾਹਰ ਕੇ ਨਹੀਂ ਵਜਾ ਸਕਦਾ ਖੜ ਕੇ ਮਾਰਨਾ ਪਾਉਂਦਾ ਤਵੱਜੋ ਰੱਖਾ ਬਈ ਤਾਂ ਕਿ ਦੂਰ ਤੱਕ ਮੀਲਾਂ ਤੱਕ ਆਵਾਜ਼ ਵੰਨੇ। ਇੱਕ ਮੁਲਾਜ਼ਮ ਦੀ ਡਿਊਟੀ ਆਈ ਬਈ ਸਾਲ ਦੇ ਬਾਅਦ ਤੇ ਨਗਾਰਾ ਮਾਰਨਾ ਮੁਹਰਮ ਦਾ ਐਲਾਨ ਕਰਨਾ ਤੇ ਪੂਰਾ ਸਾਲ ਤੇ ਤਨਖਾਹ ਗਿਣਨੀ ਹੈ ਇਸੇ ਕਿ ਨਗਾਰੇ ਦੀ ਖਿਦਮਤ ਦੀ। ਇਡੂ ਚਾਨੀ ਚੜਾ ਉਹ ਮੁਲਾਜ਼ਮ ਕੋ ਤਾਰੀਖਾਂ ਭੁੱਲ ਗਈਆਂ ਉਹ ਕਹਿ ਨਾਲ ਵਾਲੇ ਕਸਬੇ 'ਚ ਕਹਿ ਜ਼ਾਤੀ ਕੰਮ ਵਾਸਤੇ ਚਲਾ ਗਿਆ ਉੱਥਾਂ ਉਸ ਪਿੱਛੋਂ ਨਗਾਰੇ ਦੀ ਆਵਾਜ਼ ਸੁਣੀ ਜੋ ਮੁਹਰਮ ਦਾ ਚੰਦ ਉਹ ਖੌਫਜ਼ਦਾ ਹੋ ਗਿਆ। ਬਾਦਸ਼ਾਹ ਤਾਂ ਮਰਵਾ ਦੇ ਸੀ ਮੈਂ ਜੋ ਪੂਰਾ ਸਾਲ ਸ਼ਾਹੀ ਖਜ਼ਾਨੇ 'ਚੋਂ ਇੱਕ ਨਗਾਰੇ ਵਜਾਵਣ ਦੀ ਵਜ੍ਹਾ ਤੋਂ ਤਨਖਾਹ ਗਿਣਦਾ ਯਕੀਨਨ ਚੰਦ ਚੜੇ ਮੈਂ ਹੈਮ ਕੋਈ ਨਾ ਕਹਿ ਬੇ ਕੋਲੋਂ ਮਰਵਾਇਆ ਉਸਨੇ ਨਗਾਰਾ ਇਹ ਆਦੇ ਮੈਂ ਜੋ ਦੌੜ ਕੇ ਆਵਾਂ ਤਾਂ ਬੰਦਾ ਕੋਈ ਨਾ ਹੀ ਖੁਦ ਬ ਖੁਦ ਫਿਜ਼ਾ ਦੇ ਵਿੱਚ ਉਹ ਚੋਬਾਂ ਬੁਲੰਦ ਥੀਂਦੀਆਂ ਅਤੇ ਤਰਤੀਬ ਅਤੇ ਰਧਬ ਨਾਲ ਨਗਾਰੇ 'ਤੇ ਲੱਗਦੀ ਮਿਹਰਬਾਨੀ ਗੌਰ ਫਰਮਾਇਆ ਸਾਰੇ ਅਹਬਾਬ ਨੇ ਤਵੱਜੋ ਫਰਮਾਈ ਸਾਰਿਆ। ਹੁਣ ਮੈਂ ਤੁਹਾਡੇ ਕੋਲੋਂ ਪੁੱਛਦਾ ਉਹ ਕਿਹੜੀ ਤਾਕਤ ਹੈ ਜਿਹੜੀ ਖੁਦ ਬ ਖੁਦ ਨਗਾਰੇ ਦੀਆਂ ਚੋਬਾਂ ਕੋ ਹਵਾ 'ਚ ਬੁਲੰਦ ਕਰਕੇ ਨਗਾਰੇ 'ਤੇ ਲੈਂਦੀ ਹੈ। ਤੁਹਾਨੂੰ ਪਸੰਦ ਨਹੀਂ ਆਉਂਦਾ ਪੇ ਡੂਛਾ ਤਵੱਜੋ ਰੱਖਾ ਹੈ ਬਾਈ। ਹਰ ਸਾਲ ਚੰਦ ਮੁਹਰਮ ਦਾ ਨਮੂਦਾਰ ਥੀਸੀ ਜਿਹੜਾ ਕੁਰਤਾ ਹੁਸੈਨ ਚੋਲਾ ਦਸਵੀਂ ਦੇ ਦਿਨ ਜ਼ੇਬ ਬਦਨ ਫਰਮਾਇਆ ਹੋਇਆ ਸੁਭਾਨ ਅੱਲਾ ਯੋਮੇ ਆਸ਼ੂਰ ਜਿਹੜਾ ਲਿਬਾਸ ਹੁਸੈਨ ਦੇ ਬਦਨ ਤੇ ਆਈ ਕਮੀਜ਼ ਕੁਰਤਾ ਉਹ ਅੱਲਾ ਦੇ ਖਜ਼ਾਨੇ ਜਮਾਏ
بھائی تبرکات آل محمد خزانہ توحید اچ محفوظ ہیں، خزانہ کبریائی جو حسین دا کرتا موجود ہے، چند محرم دا نمودار ہوندے، اللہ اوہ حسین دا کرتا آسمان تے زمین دے درمیان خلاچ لٹکا دیندے، خلائی ٹنگ دے ہوئے کرتا حسین دا کمیز ہینگ کر دیتا ویندے، توجہ رکھا ہے بھائی، تمام موجودات عالم، کیا انسان ہیں، کیا ملائکن، کیا مقرب ہیں، کیا ارواح ہیں، کیا مسخرات ہیں، کیا جنات ہیں، جتنے بھی مخلوق، آو بابا ماشاءاللہ خیریت راجہ چھے میرے بھائی، تھوڑا جی بات جناب سید اقبال حسین شاہ صاحب بڑے محبوب ذاکر اور انتہائی خوبصورت ذوات مقدسہ ذکر فرمان والے ذاکر، بھائی پوری توجہ علم دو، اللہ اپنے خزانے چوں او قمیص حسین چوا کے آسمان و زمین دے درمیان ٹنگوا دیں دے، ہینگ کروا دیں دے، لٹکوا دیں دے، صرف شیعہ نہیں، صرف بشریت نہیں، تمام موجودات عالم وہ پورے ڈہ ڈہاڑے خلا فضا چ لٹکے ہوئے حسین دے کرتے دی زیارت ہی کریں دے رہندن، مسلسل انہاں دے لباں تے ہکا صدا گونج دی رہندی ہے، لبیک یا حسین، لبیک یا حسین، لبیک، توجہ فرمائی۔ نمبر دو، صحیح میں ثابت پیا کرنا شیعہ کتاباں چوں تاریخی حوالے نال، بھئی عزاداری دا اصلی حقیقی اور باطنی بانی خود اللہ ہے، بس کر دوں یا تیسرا حوالہ، یہ بھی جناب آغا مہدی لکھنوی بہشتی نے اپنی کتاب زندگانی ہے جناب علی اکبر اچ لکھ، شہزاد پاک دی سیرت دی کتاب ہے تو مختصر، لیکن انہیں جواہر بند کر دیتے نے سی اختصار اجمال، بھائی پوری توجہ علم دوست، انگریز سیاح، سیاحت کرن والے، تحقیق کرن والے، جنوبی ہندوستان دی دکن ریاست اچ آئے، بھائی پوری توجہ رکھا ہے، اے جیڑی اتھو اے اس رخ تے بن دی ہے جو میں حد دا اشارہ کرن دا پہ ہاں، شمالی ہندوستان، جنوبی ہندوستان، نقشے وقشے ڈٹے کرو یار، ان دا موبائل تے سہولتاں آ گئی، دنیا دیا ہندوستان دے پاکستان دے سارے، بھائی پوری توجہ علم دو، سہرا دی سیاحت کر رہے ہیں کہ کیڑا کیڑا درخت ہوندے سہرا اچ، کیڑا کیڑا جانور ہوندے، او کو سینکڑا میلن چ آبادیاں تو دور سہارا چلے گئے، توجہ رکھا ہے بھائی، وہ دن ساڈے اساں ذہنی طور تیار آسے بھائی، جڑے لوگ ہیں اساں اتھاں تک کوئی انسان دا تصور ہی نہیں ہو سکتا، یا دے ہکڑی پچھلا پیرے اساں ایک ٹبا لتھے ہیں، اچانک دیکھو تو کچھ لوگ ہیں جنہاں دے لباس صرف پردے دی حد تک ہیں، توجہ رکھا ہے، سہارا جو رہندے ہیں دیکھوں تو دائرے دی شکل اچ کھڑے ہیں مرد عورتاں، سینے تے ہاتھی مرن دے کھڑے تے آدھے کھڑے یا حسین، بھائی پوری توجہ علم دو، تو کیا دے کھڑے یا انگریز ہیں، مقامی زبان تو نہ آشنا ہیں، گائیڈاں کولو پوچھا نے جڑے نہ رہنما تے راہبر ہاں، بھائی اتنا تے انسانیت دا تصور ممکن نہیں، پتہ نہیں انہاں دی غذا کیا ہو سی، انہاں دا رہن سہن کیسا ہے، تے اے مخصوص دائرے دی شکل اچ کھڑے ن، ذرا انہاں کول پوچھ دے جو اے کیا کر رہے ن، گائیڈ نے دسے جی اے عبادت کر رہے ن، سبحان اللہ، توجہ فرمائی سارے آبا، اے ان آغا مہدی لکھنوی نے لکھا ہے، او انگریز آدھے ن، بھئی اسا انہاں دے بودباش اور رہائش تے طرز زندگی تو اندازہ لائے،
ਬਈ ਇਹਨਾਂ ਕੋ ਤਾਂ ਬਾਕੀ ਪਤਾ ਨਹੀਂ ਇਸਲਾਮ ਦਾ ਹੀ ਸਹੀ ਪਤਾ ਹੈ ਯੋ ਨਾ। ਮੈਂ ਮੁਰਵਜ ਇਸਲਾਮ ਦੀ ਗੱਲ ਕਰ ਰਿਹਾ, ਵਰਨਾ ਅਸਲ ਇਸਲਾਮ ਤਾਂ ਹੁਸੈਨ ਇਬਨ ਅਲੀ ਹੈ। ਬਾਈ ਪੂਰੀ ਤਵੱਜੋ ਲਫ਼ਜ਼ਾਂ ਦੇ ਮਾਨੇ ਬਈ ਨਾ ਕੀ ਰਾਜ ਤੁਸੀਂ ਜੀ। ਇਹਨਾਂ ਕੋ ਤਾਂ ਕੋਈ ਤਹਿਜ਼ੀਬ ਦਾ ਹੀ ਨਹੀਂ ਪਤਾ, ਇਨਸਾਨੀ ਤਹਿਜ਼ੀਬ ਕਿਆ ਹੈ। ਇਹਨਾਂ ਕੋ ਤਾਂ ਆਦਾਬ ਮੁਆਸ਼ਰਤ ਔਰ ਸਮਾਜ ਦਾ ਵੀ ਇਲਮ ਨਹੀਂ। ਕਦਾਂ ਕਰੇ ਦਿਓ ਇਬਾਦਤ? ਉਹਨਾਂ ਆਖਿਆ ਜੀ ਅਸਾਂ ਸਾਲ 'ਚ 10 ਦਿਹਾੜੇ ਕਰੇ ਇਬਾਦਤ। ਭਾਈ ਸ਼ਹਿਰਾਂ ਤੋਂ ਹਜ਼ਾਰਾਂ ਮੀਲ ਦੂਰ, ਨਾ ਤੁਸਾਂ ਪੜ੍ਹੇ ਲਿਖੇ, ਨਾ ਇੱਥੇ ਪ੍ਰਿੰਟ ਮੀਡੀਆ, ਨਾ ਇੱਥੇ ਇਲੈਕਟ੍ਰਾਨਿਕ ਮੀਡੀਆ, ਨਾ ਸ਼ਹਿਰੀ ਲੋਕ ਤੁਹਾਡੇ ਕੋਲ ਆਉਂਦਨ, ਨਾ ਤੁਸਾਂ ਸ਼ਹਿਰਾਂ 'ਚ ਵਹਿੰਦੇ ਹੋ। ਤੁਹਾਡੀਆਂ ਤਾਂ ਨਸਲਾਂ ਇਹਨਾਂ ਸਹਰਾਵਾਂ ਅਤੇ ਜੰਗਲਾਂ ਬਿਆਬਾਨਾਂ 'ਚ। ਤਵੱਜੋ ਹੈ, ਇਹ ਤੁਹਾ ਕੋ ਕਿਵੇਂ ਪਤਾ ਲੱਗ ਪੈਂਦੇ ਸਲਾਨਾ ਜੋ ਮੁਹੱਰਮ ਦਾ ਚੰਨ ਚੜ੍ਹ ਚੁੱਕਾ ਅਤੇ ਮੁਹੱਰਮ ਮਨਾਉਣਾ? ਤਵੱਜੋ ਨਹੀਂ ਫਰਮਾਈ? ਹੁਣ ਆਖੇ ਜੀ ਅੱਜ ਦੀ ਗੱਲ ਨਹੀਂ, ਇਹ ਸਾਰੀਆਂ ਨਸਲਾਂ ਇਵੇਂ ਕਰਦੀਆਂ ਆਉਂਦੀਆਂ ਅਤੇ ਅਸਾਂ ਖੁਦ ਸੁਚੇਂਦੇ ਹੈ। ਉਹ ਕਿਹੜੀ ਤਾਕਤ ਹੈ ਜਿਹੜੀ ਸਾਡੇ ਦਿਲ ਦਿਮਾਗ 'ਚ ਇਲਕਾ ਕਰ ਦਿੰਦੀ ਹੈ ਜੋ ਆਜ਼ਾਦਾਰੀ ਸ਼ੁਰੂ ਕਰੋ? ਮੋਹਸਿਨ ਇਨਸਾਨੀਅਤ ਹੁਸੈਨ ਇਬਨ ਅਲੀ ਦੇ ਮਹੀਨੇ ਦਾ ਚੰਨ ਚੜ੍ਹ ਚੁੱਕਾ ਹੈ। ਤਵੱਜੋ ਫਰਮਾਈ ਸਾਰਾ। ਇਤਰਾਏ ਹਵਾਲੇ ਆਨ ਦੀ ਰਿਕਾਰਡ ਮਹਿਫੂਜ਼ ਹੋ ਗਈਆਂ ਗੱਲ। ਮੈਂ ਤਾਂ ਕੁ ਦੱਸਣ ਸੀ ਆ ਕਿਤਾਬਾਂ 'ਚੋਂ ਜੋ ਆਜ਼ਾਦਾਰੀ ਦਾ ਅਸਲ ਬਾਨੀ ਖੁਦ ਬੋਲੋ। ਜਿਤਨੇ ਵੀ ਦੁਨੀਆਂ ਦੇ ਪਾਣੀ ਹਨ, ਸਭ ਤੋਂ ਅੱਲਾਹ ਕੋ ਜਿਹੜਾ ਪਾਣੀ ਪਸੰਦ ਹੈ ਉਹ ਆਂਸੂ ਹੈ ਜਿਹੜਾ ਇਸ਼ਕੇ ਹੁਸੈਨ ਨੇ ਚਾਰ। ਤਵੱਜੋ ਰੱਖਾ ਹੈ ਬਈ, ਵਕਤ ਹੋਵੇ ਆ ਤਾਂ ਮੈਂ ਤੁਹਾਨੂੰ ਪੂਰੀ ਤਫਸੀਲ ਨਾਲ ਇਹ ਪੰਜ ਖਸੂਸੀਆਤ ਹਾਂਜੀ ਦੇ ਦੱਸਾਂ। ਬਸ ਇੱਕ ਬਈ ਸੁਣੋ ਚਾ, ਮੈਂ ਮਸਾਹਿਬ ਦੇ ਜੁਮਲਾ ਪੜ੍ਹਾਂ ਚਾ, ਸ਼ਾਦੀ ਕੋ ਟਾਈਮ ਦੇਵਾਂ। ਇੰਨਾ ਕਤਰਤਮ ਲਓ ਸੋ ਕੇ ਤਦ ਫਿ ਜਹੰਨਮ ਲ ਅਤਫਾਤ ਹਰ ਰਹਾ। ਸੁਭਾਨ ਅੱਲਾ ਸੁਭਾਨ। ਸੱਤ ਜਹਨਮਨ ਕਿਤਨੀਆਂ ਸ਼ਾਹ ਜੀ ਜੋ ਕੁਰਾਨ ਦੱਸੇ ਲਹਾ ਸਭਾ ਤੋਂ ਆਬੋ ਆਬ ਸੱਤ ਜਹਨਮਨ। ਸਾਡੀ ਅੱਗ ਜਿਹੜੀ ਅਸਾਂ ਰੋਜ਼ਾਨਾ ਇਸਤੇਮਾਲ ਕਰਦੇ ਹਾਂ ਅਤੇ ਜਹਨਮ ਦੀ ਅੱਗ 'ਚ ਫਰਕ ਕਿਆ ਹੈ? ਉਹ 70 ਦਰਜਾ ਜ਼ਿਆਦਾ ਗਰਮ ਹੈ, ਸਾਡੀ ਅੱਗ 70 ਦਰਜੇ ਘੱਟ ਗਰਮ ਹੈ। ਇੱਕ ਇਸਤੇਮਾਲ ਦੇ ਕਾਬਿਲ ਕਰਨ ਵਾਸਤੇ ਫਰਿਸ਼ਤਾ 70 ਮੁਖਤਲਿਫ ਪਾਣੀਆਂ 'ਚ ਗੁਜ਼ਾਰੇ। ਅਗਰ ਅਸਲ ਹਾਲਤ 'ਚ ਹੁੰਦੀ ਤਾਂ ਮੀਲ ਹੀ ਬੰਦਾ ਕਰੀਬ ਨਾ ਬਹਿ ਸਕਦਾ। ਤਵੱਜੋ ਫਰਮਾਈ ਮੇਰੇ ਬਿਆਨ 'ਤੇ ਜਾਂ ਨਾ, ਸ਼ੀਆ ਕਿਤਾਬਾਂ ਦੀ ਜ਼ਿੰਮੇਵਾਰੀ ਨਾਲ ਬੈਠਾ ਦਾ। ਦੁਨੀਆਂ 'ਤੇ ਇੱਕ ਹਿੱਸਾ ਖੁਸ਼ਕੀ ਹੈ, ਤਰੇ ਹਿੱਸੇ ਪਾਣੀ ਹੈ। ਅਗਰ ਪੂਰੀ ਕਾਇਨਾਤ ਦਾ ਪਾਣੀ ਇਕੱਠਾ ਕਰਕੇ ਦਰਿਆਵਾਂ ਦਾ, ਸਮੁੰਦਰਾਂ ਦਾ, ਚਸ਼ਮਾਂ ਦਾ, ਨਦੀਆਂ ਦਾ, ਨਹਿਰਾਂ ਦਾ, ਨਾਲਾਂ ਦਾ ਜਹੰਨਮ ਹੀ ਸੱਟਾ ਵੰਡੇ ਨਾ, ਦੁਨੀਆਂ ਦਾ ਪਾਣੀ ਜਹੰਨਮ ਦੀ ਬਾਹ ਕੋ ਨਹੀਂ ਬੁਝਾ ਸਕਦਾ। ਇਹ ਅਲਮ ਨਪ ਕੇ ਆਦਾ ਬੈਠਾ। ਸ਼ੇਖ ਜਾਫਰ ਸ਼ੁਸਤਰੀ ਲਿਖੇ ਜੇ ਜਹੰਨਮ ਕੋ ਦੁਨੀਆਂ ਦਾ ਪਾਣੀ ਨਹੀਂ ਬੁਝਾ ਸਕਦਾ। ਇਤਨੀ ਤਾਕਤ ਮੋਤੀ ਔਰ ਆਂਸੂਏ ਗਮੇ ਹੁਸੈਨ ਜੋ ਇੱਕ ਹੰ ਜਹੰਨਮ ਹੀ ਸੱਟੀ ਵੰਨੇ, 7 ਜਹੰਨਮ ਦੀ ਅੱਗ ਫੌਰਨ ਖਤਮ ਕੀ। ਅਜ਼ੁਲਾ ਖਾਨ ਤਵੱਜੋ ਫਰਮਾਈ ਸਾਰੇ। ਆ ਬਈ ਜਹੰਨਮ ਦੇ ਪਾਣੀ ਕੋ, ਜਹੰਨਮ ਦੀ ਅੱਗ ਨੂੰ ਪੂਰੀ ਦੁਨੀਆਂ ਦਾ ਪਾਣੀ ਨਹੀਂ ਬੁਝਾ ਸਕਦਾ। ਇਹ ਇੱਕ ਹੰਜ ਕੁਰਾਨ ਦੀ ਕਸਮ ਹੀ ਵੇ ਸਾਈ ਮੁੱਲਾ ਮੁਨਾਫੇ ਕੀ ਵੇ ਉਸਦੀ ਗੱਲ ਤੇ ਜ਼ਰਾ ਥੋੜ੍ਹਾ ਸੋਚ ਸਮਝ ਕੇ ਅਮਲ ਕੀਤਾ ਕਰੋ। ਜੋ ਆਖੇ ਉਹਦੇ ਪਿੱਛੋਂ ਨਾ ਲੱਗੇ ਕਰੋ ਹੁੰਦੀ ਹਰ ਗੱਲ ਦੇ ਉੱਤੇ। ਤਵੱਜੋ ਏ, ਜਹੰਨਮ ਤੇ ਗਾਲਬ ਚੀਜ਼ਾਂ ਹੀ ਡੂ ਯਾ ਹੰਝੇ ਜਿਹੜੀ ਗਮੇ ਹੁਸੈਨ ਚਵਾਉਂਦੀ ਹੈ ਬੇ ਦੱਸਾਂ ਕਿਹੜੀ ਚੀਜ਼ ਗਾਲਬ ਹੈ? ਸ਼ੀਆ ਕਿਤਾਬਾਂ ਦੀ ਜ਼ਿੰਮੇਦਾਰੀ ਨਾਲ ਤੱਲੇ ਜਹੰਨਮ ਏ, ਉੱਤੇ ਪੁੱਲੇ ਸਰਾਤ ਏ, ਅੱਗੂ ਜੰਨਤ ਏ। ਜਿਹੜੇ ਨਲਾਇਕ ਹੋਸਨ ਉਹ ਜਹੰਨਮ ਦੀ ਪੁੱਲ ਤੂੰ ਉੱਤੋਂ ਗੁਜ਼ਰਦੇ ਉੱਥੇ ਹੀ ਠਾਏ ਪੋਦਨ ਜਹੰਨਮ ਏ। ਜਿਨ੍ਹਾਂ ਦੇ ਦਿਲ 'ਚ ਵਿਲਾਏ ਅਲੀ ਹੋ ਸੀ
ਉਹ ਸਰਾਤ ਅਬੂਰ ਕਰ ਵੈਸੇ ਨੇ। ਕੁਰਾਨ ਦੀ ਕਸਮ ਹੈ, ਜਿਹੜਾ ਕੋਈ ਅਲੀ ਵਾਲਾ ਗੁਜ਼ਰ ਸੀ ਨਾ ਭੁੱਲੇ ਸਿਰਾਤ ਤੋਂ, ਸੱਤ ਜਹਨਮਾਂ 'ਚੋਂ ਆਵਾਜ਼ ਆ ਸੀ, ਜਲਦੀ ਲੰਘ ਵਾਈ ਤੇਰੇ ਨੂਰ ਦੀ ਠੰਡਕ ਤੋਂ ਮੇਰਾ ਸੇਹ ਘਟਣ ਲੱਗ ਗਈ। ਤਵੱਜੋ ਫਰਮਾਈ ਸਰ, ਤ੍ਰੀਜੀ ਖਸੂਸੀਅਤ, ਬਸ ਤਵੱਜੋ ਭਾਈ। ਜਨਾਬ ਜਾਫਰ ਸ਼ੁਸਤਰੀ ਨੇ ਲਿਖੀ ਆਂਸੂ ਦੀ ਤ੍ਰੀਜੀ ਖਾਸੀਅਤ, ਲਾ ਤਕਦੀਰਾ ਲੈ ਸਵਾਬਿਹਾ। ਯਾਰ ਮੈਂ ਅਰਬੀ ਮਤਨ ਨਾਲ ਪੜ੍ਹਦਾ ਬੈਠਾ, ਮੈਂ ਜਾ ਕੇ ਕੋਈ ਸ਼ੱਕ ਵਕ ਨਾ ਰਾਏ ਬੰਨੇ। ਗੌਰ ਫਰਮਾਏ, ਉਹਨਾਂ ਲਿਖਿਆ ਕਿ ਦੁਨੀਆਂ ਦੀ ਹਰ ਇਬਾਦਤ ਦਾ ਅੱਲਾ ਸਵਾਬ ਮੁਕਰਰ ਕਰ ਲਈ। ਸੁਭਾਨ ਅੱਲਾ ਸਾਈਂ, ਹਰ ਇਬਾਦਤ ਦਾ ਸਵਾਬ, ਯਾਨੀ ਸਵਾਬ ਦੀ ਹੱਦ ਮੁਕਰਰ ਹੈ। ਨਿਮਾਜ਼ ਪੜ੍ਹਸੋ, ਇਤਨਾ ਸਵਾਬ ਮਿਲ ਸੀ, ਇਤਨੇ ਦਾ ਲਫ਼ਜ਼ ਮੌਜੂਦ ਹੈ ਹਦੀਸ ਵਿੱਚ, ਨਾ ਇਸ ਤੋਂ ਵੱਧ ਨਾ ਘੱਟ। ਰੋਜ਼ਾ ਰੱਖੋ, ਇਤਨਾ ਸਵਾਬ, ਇਤਨੇ ਦਾ ਲਫ਼ਜ਼ ਮੌਜੂਦ ਹੈ ਮਿਕਦਾਰ, ਨਾ ਵੱਧ ਨਾ ਘੱਟ। ਤਵੱਜੋ ਰਖਾਏ ਬਾਈ, ਹੁਣ ਮੈਂ ਟਾਈਮ ਬਚਾਵਾਂ ਤੁਹਾਡਾ, ਜੋ ਜ਼ਿਆਦਾ ਵਕਤ ਨਾ ਥੀ ਵਨੇ। ਜਾਫਰ ਸ਼ੁਸਤਰੀ ਲਿਖਿਆ, ਵਾਹਿਦ ਇਬਾਦਤ ਹੁਸੈਨ ਕੁਰੋਵਣ, ਜਿਹਦੇ ਸਵਾਬ ਦੀ ਹੱਦ ਮੁਕਰਰ ਕੋਈ ਨਹੀਂ। ਬਸ ਇਡੂ ਅਜ਼ਾਦਾਰ ਅਜ਼ਾਦਾਰੀ ਸ਼ਾਮਿਲ ਹੁੰਦੇ, ਅੱਲਾ ਮੋਢੇ ਵਾਲੇ ਫਰਿਸ਼ਤਾਂ ਕੋ ਹੁਕਮ ਲੈਂਦੇ, ਕਿਰਾਮਨ ਕਾਤਿਬੈਨ ਡੂ ਹੁੰਦੇ ਨਾ, 99% ਲੋਕ ਕਾਤਿਬੀਨ ਪੜ੍ਹਦੇ। ਤਵੱਜੋ ਫਰਮਾਈਆ ਧਾਰ, ਇਹ ਸਾਡੀ ਆਪਣੀ ਰਾਜ ਦੀ ਗੱਲ ਹੈ। ਡੂ ਹੁੰਦੇ ਨਾ ਕਾਤਿਬੈਨ, ਕਾਤਿਬ ਦੀ ਤਸਨੀਆ ਕਾਤਿਬੈਨ, ਅੱਲਾ ਕਿਰਾਮਨ ਕਾਤਿਬੈਨ ਕੋ ਹੁਕਮ ਲੈਂਦੇ, ਅਜ਼ਾਦਾਰੀ ਸ਼ੁਰੂ ਕਰ ਦਿੱਤੀ ਸੀ, ਮੁੰਡੇ ਤੇ ਬੈਠੇ ਹੋ ਸਵਾਬ ਲਿਖੋ। ਫਰਿਸ਼ਤੇ ਆਦਨ ਮਾਲਿਕ ਹਰ ਇਬਾਦਤ ਦਾ ਸਵਾਬ ਮੁਕਰਰ ਕੀਤਾ ਵੀ, ਅਸਾਂ ਉਹ ਲਿਖਦੇ, ਇਹ ਚੋਖਾ ਲਿਖਣਾ ਹੈ। ਅੱਲਾ ਫਰਮਾਇਆ ਬਸ ਇਹ ਨਾ ਪੁੱਛੋ ਤੁਸੀਂ ਲਿਖੋ। ਤਵੱਜੋ ਹੈ, ਲਿਖੀਦਾ ਪੇ, ਲਿਖੀਦਾ ਪੇ, ਮਜਲਿਸ ਮੁੱਕ ਗਈ ਹੈ, ਦੁਆ ਥੀ ਗਈ ਹੈ, ਨੋਹ ਖਾਨੀ, ਤਵੱਜੋ, ਸ਼ਬੀਹਾਤ ਬਰਾਮਦ ਹੋ ਗਈਆਂ। ਗੌਰ ਫਰਮਾਵਣਾ, ਮੋਮਿਨ ਬਾਹਰ ਨਿਕਲੇ, ਮਾਲਿਕ ਹੁਣ ਕਲਮ ਰੋਕ ਦਿਓ। ਅੱਲਾ ਫਰਮਾਇਆ ਮੈਂ ਲਿਖਣ ਦਾ ਕਹਿ ਹੱਥ ਤਾਂ ਨਹੀਂ ਦਸੀ। ਸੁਭਾਨ ਅੱਲਾ, ਸੁਭਾਨ ਅੱਲਾ, ਸੁਭਾਨ ਅੱਲਾ, ਸੁਭਾਨ, ਲਿਖਦੇ ਰਹੋ, ਲਿਖਦੇ ਰਹੋ, ਲਿਖ ਇਲਮਤ ਮੇਰੇ ਹੱਥ ਯਾਰ, ਗੱਪ ਸ਼ਬਦ ਮਜ਼ਾਕ ਦੀ ਸ਼ਾਹ ਨਹੀਂ, ਕਮੀਨਾ ਆਦਮੀ ਹੈ ਜੇ ਕੋਈ ਮਜ਼ਾਕ ਸਮਝੇ, ਤਵੱਜੋ ਰੱਖਾ ਇਲਮ ਦੋਸਤਾ ਬਾਬ, ਬਦਬਖਤ ਆਦਮੀ ਹੈ ਜੇ ਕੋਈ ਡਰਾਮਾ ਸਮਝੇ। ਗੌਰ ਫਰਮਾਉਣਾ, ਜਬ ਤੱਕ ਜ਼ਿੰਦਾ ਰਹੇ ਲੱਖ ਲਿਖਦੇ ਰਹੋ ਸਵਾਬ, ਮਾਲਿਕ ਸੁਣਾ ਤਾਂ ਇੱਕੋ ਜਾ ਕੇ ਰਹਾ ਹੈ। ਸੁਭਾਨ ਅੱਲਾ, ਮਲ ਖੜਾ ਤਬਾਰੂ ਚੋਪ ਤੇ ਰਸਾ ਨਪ ਕੇ ਰਿਹਾ, ਅੱਲਾ ਫਰਮਾਇਆ ਸ਼ਾਮਿਲ ਹੈ ਨਾ ਆਜ਼ਾਦਾਰੀ ਚ, ਲਿਖੋ ਸਵਾਬ। ਤਬੀ ਉਮਰ 60 ਤੋਂ 70 ਸਾਲ ਦੇ ਦਰਮਿਆਨ ਗੁਜ਼ਾਰ ਕੇ ਫੌਤ ਹੁੰਦੇ, ਕਿਰਾਮਨ ਕਾਤਬੈਨ ਫਰਿਸ਼ਤੇ, ਮਾਲਿਕ ਹੁਣ ਤਾਂ ਫੌਤ ਹੋ ਗਈ ਹੈ, ਕਲਮ ਰੋਕ ਦਊ। ਅੱਲਾ ਫਰਮਾਇਆ ਕਿਆਮਤ ਦੇ ਸੂਰਜ ਚੜ੍ਹਨ ਦਾ ਇੰਤਜ਼ਾਰ ਕਰੋ, ਲਿਖਦੇ ਰਹੋ, ਲਿਖਦੇ ਰਹੋ, ਲਿਖਦੇ ਰਹੋ, ਲਿਖਦੇ ਰਹੋ। ਤਵੱਜੋ ਫਰਮਾਈ ਸਾਰੇ ਅਹਬਾਬ ਨੇ, ਮਾਸ਼ਾਅੱਲਾ, ਮਾਸ਼ਾਅੱਲਾ। ਬਸ ਸਾਈਂ ਮੈਂ ਢੇਰ ਪੜ ਗਿੱਦੇ, ਬਸ ਖੁਸ਼ੀ ਵੇ, ਦੋ ਖਸੂਸੀਅਤ ਬਚ ਗਈਆਂ, ਇਨਸ਼ਾਅੱਲਾ ਅਗਲੀ ਮੁਲਾਕਾਤ ਵਿੱਚ ਇਹ ਤੁਹਾਡੀ ਅਮਾਨਤ ਵੀ ਤੁਹਾਡੇ ਹਵਾਲੇ ਕਰਨ ਦੀ ਕੋਸ਼ਿਸ਼ ਕਰੇ, ਸਮੇਂ ਡੂ ਲਫ਼ ਸੁਣੋ, ਚਿਕਾਇਤ ਹਿਜਰੀ ਡੂ ਮੁਹਰਮ, ਜੁਮਰਾਤ ਦਨੀ ਤੇ ਦੀਗਰ ਦਾ ਵੇਲਾ,
ان دیگر سیدان دا بہت نقصان کیا. سبحان اللہ سبحان اللہ. آدھے نہیں ذاکر بے حسین مدینے چٹو رہے تان دیگر کربلا پہنچے تان دیگر کٹھے تان دیگر علی دیاں دھیاں لٹھیاں تان دیگر. سبحان اللہ سبحان اللہ. مدینے دے مسافر دے رہوار کربلا پہلا قدم رکھے. خدا گواہی وے میں بڑی دیانت نال کھڑا پڑدا ہوں. دنیا دی کوئی تاریخ نہیں دسیں دی جو ٹردا ہویا گھوڑا حسین خود روکا ہوئے. ارے تیرا میرا گھوڑا نہیں حسین دی سواری ہے. ذل جناح دا رکنا گھوڑے دا رکنا حسین ایک طائرانہ نظر ماریے پوری کربلا دی زمین تے. غریب دا لہجہ بدل گئے. فرمائیں دن اٹھ بلہاؤ چا میری منزل آ گئی. شاباش 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 کربلا آ گئی ہے. اٹھ بیٹھے شتر بانا سامان لہائے کناتاں دی حویلی بنی ہے. کناتاں دی حویلی دے اندر پاک سینی دے محمل بیٹھے. میں بڑے معرفت والے لوگوں کی مجلس پڑھدا کھڑا ہوں. وقت نہیں ہے اتنا زیادہ تمیز بننے دا. میں سوز نہ ڈو لفظ تو سنے دا قربان تھی پواں. جی بابا جی بابا سبحان اللہ سبحان اللہ سبحان اللہ. شاباش شاباش. خدا سخن میر انیس پتہ نہیں میری قوم نو اور میری نسل نو کیوں اے علمی ادبی دلچسپی نہیں پی پیدا تھیندی. چلو مادی زیادہ ہے روزگار دے چکران دی وجہ تو پورا سال نہیں مجلے سالا گھنٹہ تا علمی ادبی مزاج بناؤ نا. خدا سخن میر انیس نے اسے حقیقت کو شعر وچ بند کیتا ہے. چھ گھوڑے بدلے دوشے نبی کے سوار نے. سبحان اللہ سبحان اللہ سبحان اللہ. چھ گھوڑے بدلے دوشے نبی کے سوار نے لیکن قدم نہ اٹھایا ایک رہوار نے. حسین دین غازی یہ تھک پہ میں کبھی یہ گھوڑا دے اس دی واگ چاہتے ہیں وہ نہیں ٹردا. عباس یہی تھکا دے میں کبھی یہ گھوڑا دے. تاریخ دی امیر انیس چھ لکھے تاریخ سات دا فکر بھی آن دے. چھ یا سات گھوڑے جو حسین بدل دا رہے ہیں کہیں سواری قدم نہیں چایا تے جدہ کوئی گھوڑا نہیں ٹر رہا نا. فَإِن دَزَالِكَ تَنَفَسَ سَوْدَا ہون حسین ٹھڈا صابر ہے. یار میں کیڑی کیڑی گال دشارہ کراں وقت نہیں میرے کل اتنا. شاہ جی مہمان ان توڑے بھی میرے دھیر نبامن تو صحیح کہ نہیں کہ نہیں ٹھڈا صابر ہیں دے وے. ماہرین تب تحاضے خوکم آکل پوچھنا جو بندہ ٹھڑھا سا کیڑے لے بھرین دے. یہ لے بہن دکھ کہیں انسان دے سینج کٹھے تھی ونی نا تے انہا دکھا دے غم تے سیک دی وجہ تو اندرونی آزا زخمی تھی ونی نا اسے لے انسان ٹھڑھا سا بھرین دے. ہون حسین ٹھڑھا سا بھر کے آدھن اٹھ بلاؤ میریاں بھینی لاؤ میری منزل آگئی. سبحان اللہ سبحان اللہ سبحان اللہ. اے لفظی نم بھائی جان دے اسرار تے چلو اچھا تھی گئے. میں ایک جناب انیس دا شعر ہی تو کو سنا دیتا ہی تھا. کناتاں دا پردہ سرکار نے ہاشمی جوانہ کو دو ہی سنج ونڈے. ادھے جوانہ کو آکھنے میں تو سن سینی دے خیمے لاؤ. اصحاب کو آکھنے تو سن اپنے خیمے فاصلے تے لاؤ. کچھ جوانوں کو آکھا نے تُسا پردہ دار لہاؤ. تاریخہ دیئے محمل بیٹھن عباس اپنی ماں لہائیے
ਮਾਫ਼ ਕਰਨਾ, ਮਾਫ਼ ਕਰਨਾ। ਅਲੀ ਅਕਬਰ ਆਪਣੀ ਮਾਂ ਲਹਾਈਏ, ਅਮੀਰ ਕਾਸਿਮ ਆਪਣੀ ਬੇਵਾ ਮਾਂ ਲਹਾਈਏ, ਜਿਤਨੇ ਮਸਤੂਰ ਆਤੀ ਲੱਥੇ ਨਾ ਕਰਬਲਾ, ਡੂ ਮੁਹਰਮ ਹਿੱਕ ਹਿੱਕ ਜਵਾਨ ਲਹਾਵਾਣ ਆਉਂਦਾ। ਕੱਛੀ ਦੇ ਅਜ਼ਾਦਾਰ ਲੋਕਾਂ 'ਚ ਮੈਂ ਮਜਲਿਸ ਪੜਦਾ ਖੜਾ, ਇੱਕ ਇਹੋ ਜਿਹੀ ਬੀਬੀ ਮਾਹਮਲ ਤੋਂ ਲਾਹਣ ਦਾ ਇਰਾਦਾ ਕੀਤਾ, ਜੇ ਕੋ ਲਹਾਵਾਣ ਵਾਸਤੇ ਚਾਰ ਹਸਤੀਆਂ ਦੌੜੀਆਂ ਨੇ, ਹੁਸੈਨ, ਅਬਾਸ, ਅਲੀ ਅਕਬਰ, ਔ ਨ ਮੁਹੰਮਦ। ਸੁਭਾਨ ਅੱਲਾ, ਸੁਭਾਨ ਅੱਲਾ, ਸਿਵਾਏ ਇਸ ਗਮ ਦੇ ਕੋਈ ਗਮ ਨਾ ਦੇਖੋ। ਬੜੀ ਕਬੂਲੀਅਤ ਮਜਲਿਸ 'ਚ, ਬੜੀ ਰੂਹਾਨੀਅਤ ਹੈ। ਉਹ ਮੈਂ ਸਦਕੇ ਥੀ ਪਵਾਂ, ਹਰ ਮਜ਼ਦੂਰ ਕੋ ਇੱਕ ਇੱਕ ਜਵਾਨ ਲਹਿੰਦਾ ਰਹੇ, ਇੱਕ ਇਹੋ ਜਿਹੇ ਮਜ਼ਦੂਰ ਲਾਹਣ ਦਾ ਇਰਾਦਾ ਕੀਤਾ, ਜੇ ਕੋ ਲਹਾਵਾਣ ਵਾਸਤੇ ਚਾਰ ਜਵਾਨ ਦੌੜੇ, ਹੁਸੈਨ, ਅਬਾਸ, ਅਲੀ ਅਕਬਰ ਤੇ ਜਨਾਬੇ ਆਉਣ। ਪਤਾ ਹੀ ਨਾ ਕੰਮ ਕਿਹੜੇ ਕੀਤੇ ਨੇ। ਹੁਸੈਨ ਸਾਨੂੰ ਬਣਾਏ, ਅਬਾਸ ਟੇਕ ਦਿੱਤੀਏ, ਅਕਬਰ ਨਾਲ ਐਨ ਜੋੜੀਏ, ਆਉਣ ਚਾਦਰ ਦਾ ਪਰਦਾ ਬਣਾਏ। ਇਹ ਉਹ ਬੀਬੀ ਏ ਜਿਹੜੀ ਮਦੀਨੇ ਤੋਂ ਕਰਬਲਾ ਤੱਕ ਆਦੀ ਆਈ, ਪਰਦਾਦਾਰੋ ਘਬਰਾਵਣਾ ਨਹੀਂ, ਮੇਰਾ ਗਾਜ਼ੀ ਨਾਲ ਏ। ਇਹ ਹੁਸੈਨ ਦੇ ਮਿਸ਼ਨ ਦੀ ਭਾਈਵਾਲ ਏ, ਜੇ ਸ਼ਾਮ ਤੱਕ ਖੁਤਬੇ ਪੜ੍ਹ ਕੇ ਦੱਸੇ, ਮੇਰਾ ਬਿਰਾ ਬੇਜੁਰ ਮਾਰਿਆ ਗਿਆ। ਸੁਭਾਨ ਅੱਲਾ, ਸੁਭਾਨ ਅੱਲਾ, ਸੁਭਾਨ, ਸੁਭਾਨ। ਬਸ ਹੁਣ ਮੈਂ ਇੱਥੇ ਗੱਲ ਹੀ ਤਾਂ ਹੈ, ਢੇਰ ਸਾਰੀਆਂ ਤਾਰੀਖ ਦੀਆਂ ਮੈਂ ਸਾਰੀਆਂ ਛੁੜੇਂਦਾ ਪਈਆਂ। ਹਰ ਪਰਦਾਦਾਰ ਆਪਣੇ ਆਪਣੇ ਖੈਮਣ 'ਚ, ਇੱਕ ਲਫ਼ਜ਼ ਮੈਂ ਆਖਾਂ ਚਾਹ ਤਾਂ ਕਿ ਤਾਰੀਖ ਕਈ ਹੱਦ ਤੱਕ ਮਹਿਫੂਜ਼ ਥੀ ਵੰਨੇ। ਤਾਰੀਖਾਂ ਦੀ ਇਹ ਜਿਹੜੇ ਖੈਮੇ ਦਾ ਜਿਹੜਾ ਕਿਲਾ ਹੀ ਨਸਬ ਕੀਤਾ ਗਿਆ ਨਾ ਜ਼ਮੀਨ 'ਚ, ਖੂਨ ਉਬਲਦਾ। ਇੱਕ ਸਹਾਬੀ ਦੌੜ ਕੇ ਮੌਲਾ ਹੁਸੈਨ ਕੋਲ ਹੈ, ਮੌਲਾ ਇੱਕ ਗੱਲ ਤੇ ਦੱਸੋ। ਫਰਮਾਇਆ ਕਿਆ? ਮੌਲਾ ਇਹ ਹੁਣੇ ਮੈਂ ਬੇਰ ਦੇ ਦਰਖਤ ਨਾਲੋਂ ਇੱਕ ਮਿਸਵਾਕ ਤਰੋੜਾ ਹੈ, ਕਰਬਲਾ ਹੁਣ ਹੀ ਬੇਰ ਹੀ ਬਹੁ ਮੈਨ ਤਦ ਹੀ ਬਹੁ ਮੈਨ, ਬਲਕਿ 5 ਸਾਲ ਤਾਂ ਹੁਸੈਨ ਦੀ ਕਬਰ ਦੀ ਨਿਸ਼ਾਨੀ ਵੀ ਇੱਕ ਬੇਰ ਦਾ ਦਰਖਤ ਰਿਹਾ, ਉਹ ਜਿਹੜਾ ਮੁਤਵੱਕਲ ਮਲੂਨ ਨੇ ਬੇਰ ਕਟਵਾ ਦਿੱਤੀ ਹੈ। ਮੌਲਾ ਮੈਂ ਉਹ ਮਿਸਵਾਕ ਕੱਟੀ ਹੈ ਅਤੇ ਬੇਰੀ ਦੀ ਸ਼ਾਖ 'ਚੋਂ ਖੂਨ ਲੁੜਨ ਲੱਗ ਗਿਆ। ਫਰਮਾਇਆ ਇੰਤਜ਼ਾਰ ਕਰ, ਇਹ ਰਾਜ਼ ਬਹੁ ਜਲਦੀ ਖੁੱਲੋ। ਵੈਸੇ ਅਬਾਸ ਨੇ ਸੜ ਮਾਰੇ, ਆਕਾ ਬਣੀ ਅਸਦ ਦੇ ਲੋਕ ਬਾਹਰੋਂ ਆ ਗਏ, ਸਡਵਾਇਆ ਜੋ ਹਾਵੇ। ਇਹ ਰੋਜ਼ਾਨਾ ਸੁਣਦੇ, ਤੁਹਾਡੇ ਬਾਲੋਂ ਕੋਈ ਯਾਦ ਨਹੀਂ ਗੱਲ, ਮੈਂ ਦੋਹਰਾਂਦਾ ਖੜਾ। ਫਰਮਾਇਆ ਬਣੀ ਅਸਦ ਦੇ ਲੋਕੋ, ਮੈਂ ਹੁਸੈਨ, ਇਹ ਤੁਹਾਡੀ ਜ਼ਮੀਨ ਮੈਂ ਪਸੰਦ ਆ ਗਈ ਹੈ, ਮੈਂ ਮੁੱਲ ਗਿਣਨਾ ਚਾਹੁੰਦਾ। ਕਦਮਾਂ 'ਤੇ ਡੱਠੇ, ਆਕਾ ਮੁੱਲ ਕਿਆ ਗਿਣ ਦੇਵੇ, ਤੁਸਾਂ ਵਕਤ ਦੇ ਇਮਾਮ ਹੀ ਵੇ, ਤੋਹਫਾ ਪੇਸ਼ ਕਰੂੰਗਾ, ਮਗਰ ਸਾਡਾ ਤਾਂ ਮਸ਼ਵਰਾ ਇੱਥੋਂ ਲੱਗੇ ਵੰਨੋ, ਇਹ ਜ਼ਮੀਨ ਤੁਹਾਡੇ ਰਹਿਣ ਦੇ ਡਾਹ ਦੀ ਨਹੀਂ। ਫਰਮਾਇਆ ਉਹ ਕਿਉਂ? ਆਕਾ ਕੋਈ ਐਸਾ ਨਬੀ ਅਤੇ ਰਸੂਲ ਨਹੀਂ ਜਿਹੜਾ ਇੱਥੇ ਨਾ ਆਇਆ ਹੋਵੇ, ਮਗਰ ਯਕੀਨ ਕਰਾਇ, ਆਦਮ ਹੀ ਰੋਂਦਾ ਟੁਰੇ, ਨੂਹ ਹੀ ਰੋਂਦੇ ਟੁਰੇ, ਇਬਰਾਹੀਮ ਹੀ ਵਹਿਣ ਕਰਦੇ ਗਏ, ਮੂਸਾ ਹੀ ਬਹੁ ਰੁਨਨ, ਈਸਾ ਹੀ ਬਹੁ ਦੁਖੀ ਤੈਨ। ਫਰਮਾਇਆ ਅਸਦੀਓ, ਉਹ ਨਬੀ ਹਨ, ਮੈਂ ਹੁਸੈਨ ਹਾਂ। ਨਾ ਉਹਨਾਂ 'ਚੋਂ ਕਹਿੰਦਾ ਬਾਬਾ ਅਲੀ ਹੈ, ਨਾ ਮਾ ਜ਼ਹਰਾ ਹੈ, ਨਾ ਉਹਨਾਂ 'ਚੋਂ ਕਹਿੰਦਾ ਅਬਾਸ ਜਿਹਾ ਭਰਾ ਹੈ, ਨਾ ਉਹਨਾਂ 'ਚੋਂ ਕਹਿੰਦੀ ਮੇਰੀ ਭੈਣ ਜਿਹੀ ਅਲੀਆ ਭੇੜ ਆਈ। ਮੌਲਾ ਫਰਮਾਇਆ ਮੇਰਾ ਹੁਕਮ ਹੈ, ਅਸਾਂ ਰਸੂਲ ਦਾ ਖਾਨਦਾਨ ਕਹਿੰਦੇ, ਇਹਸਾਨ ਮਨ ਅਤੇ ਮਮਨੂਨ ਨਾ ਹਰਾਵਣਾ ਚਾਹੁੰਦੇ। ਤੁਹਾਡੇ ਬਾਲਾਂ ਕੋਈ ਯਾਦ ਨੇ ਗੱਲ ਹੀ, ਮੈਂ ਤੁਹਾਡਾ ਟਾਈਮ ਨਾ ਗਿਣਾ ਸਫਦਰ ਸ਼ਾਹ ਜੀ, 60,000 ਕੀਮਤ ਮੁਕਰਰ ਹੋਈ ਹੈ। ਸਦਕੇ ਥੀ ਵੰਨਿਆ, ਭਿਰਾ ਭਿਰਾਏ ਤਾਂ ਭੇਣ ਹੀ ਭੇਣ ਹੈ। ਤਾਰੀਖ ਆਦੀਏ ਜਿਹੜੇ ਟਾਈਮ ਦੇ ਮਦੀਨੇ 'ਚੋਂ ਟੁਰੇ ਹਨ ਨਾ ਭੇਣ ਭਿਰਾ, ਬਗੈਰ ਭੇਣ ਦੇ ਮਸ਼ਵਰੇ ਦੇ ਹੁਸੈਨ ਕੋਈ ਕੰਮ ਨਾ ਕਰੇ, ਭੇਣ ਕੋ ਫੌਰਨ ਮੁਤਲਾ ਕਰੇ। ਆਲੀਆ ਭੇਣ ਦੇ ਖੇਮੇ 'ਚ ਮੁਬਾਰਕ ਹੋਵੀ, ਮੈਂ ਕਰਬਲਾ ਦੀ ਜਾਗੀਰ ਮੁੱਲ ਕੀਤੀ ਹੈ ਵੀਰ, ਹੁਣ ਕੀਮਤ ਕਿਤਨੀ ਮੁਕਰਰ ਥਈ ਹੈ? ਪਰ ਮੈਂ ਦਿਨ 60,000। ਬੀਬੀ ਆਦੀ ਅੱਧ ਦਾ ਇੰਤਜ਼ਾਮ ਤੂੰ ਆਪ ਕਰ, ਅੱਧ ਕੀਮਤ ਮੈਂ ਦੇ ਸਾਂ, ਜੋ ਅੱਜ ਤੱਕ ਜਿਹੜਾ ਕੰਮ ਮੈਂ ਕੀਤਾ ਸੀ ਮੈਂ ਨਾਲ ਭਾਈਵਾਰ ਰਹੀ ਹਾਂ। ਤਾਰੀਖ ਆਦੀ ਹੈ 30,000 ਹੁਸੈਨ ਦਿੱਤੇ,
30,000 आली हुसैन दिता। सर हुसैन झुकाई खड़े, अखी वसदियाँ खड़ियाँ। फरमाया हयाती उन्हें तेरे दो पुत्र नाल, एक का ना उन्हें बे का ना मुहम्मद है। अध जो कीमत दी आई दसा बैनामा तेरे आन दे ना करावा या मुहम्मद दे ना। खुदा गवाह है सके पुत्रां दी मां पुत्रां दी मौजूदगी आई तलियां दी टेक ते उठी है। आधी मेरे आन दी निभ वैसी, मेरे मुहम्मद दी निभ वैसी, ते मैं वादा करें दियां जिंदगी भर गिला ही ना देसन मेरे पुत्रां दे ना ना करवा। कहें इहो जे पुत्र दे ना करवा जिहड़ा तैदा ते मेरा भईवाला ते मुश्तरका होवे, होवे तैदा सर्वीचे मेरा भिरा दे गल च बाई पा के आदि मैं मशवरा दें दिया पूरी जागीर मेरे अकबर दे ना कर। सुभान अल्लाह सुभान अल्लाह। रो पो यार मुहर्रम दी इस्तकबाली मजले से मैं ढेर सारे जुमले छोड़ दी तेन रिवायात भी वक्त ज्यादा न थी वे कुर्बान थी मां। जी मैं नौकर हूँ बाबा, मैं नौकर हूँ बाबा। सारी जागीर दा बै नाम सोने शहजादे दे नाम तहरीर होया। हुण हुसैन बाहर आए, अस्ती लोग मुंतजर खड़े हैं। हुसैन कीमत दिती, फरमाया खरीदी तो मैं कीमत ना ले मगर ये जमीन मैं थोड़े नावत हिबा करना चाहना। पैसे वे गिदी खड़े वे जमीन ही थवाकू देना मगर मेरिया त्रै शर्तन। एक तो इतना जरात न कराए, फसल काश न कराए, दूजा कोई मेरा जवार आवे उक मेरी कब्र ते घिन हो जाए ते आखा इया भिराम मोई दी कब्र है, इया पुत्र मोई दी मजार ही वे। ते त्रीजा फरमाया कोई भी जवार आवे ना त्राए दिहाड़े उन्दी खिदमत कराए। साईं भाई इकबाल साईं मैं त्रै दफा करबला गई हाँ, ये नालायकी है मेरी वरना अहदीस है तो हर साल वंजन का हुक्म है ना। पूरी दयानत नाल पढ़ा, सुस्ती है गफलत है साड़ी। अल्लाह को सब तो पसंदीदा अमल ही हो जवारी आला। मैं पूरी दयानत नाल खड़ा आदा ते जेड़ा जवारी मेरा दोस्त आंदा है ना जवारी करके मैं मुबारक ही देना, हाल ही पुछदा भाई किवें दिहाड़े गुजरे ने। ईरान दे लोगां दा गिला मेरे सामने जवारां कीता है, शाम दे लोगां दे रवैयां दा गिला कीता है। त्राए दफा दी जवारी च न मैं खुद महसूस कीता है ते न कहे जवार आखे जो करबला दे लोगां सा नल ज्यादती कीती है। या दिन साईं कपड़े ही साकू धो देंदे हैं हत्ता के असं टुरदे वेंदे हुंदे असे साडे अगू हथ नप के आदन जुत्ती लहा दे उथों पालश कर दे। सुबहान अल्लाह सुबहान अल्लाह सुबहान अल्लाह। तुसा ज़ियारत करके थक पाए उस थोड़ी देर बहो असं तो मरोड़े देने हैं मुठी भरेंदे हैं थोड़िया पता वे इंदी वजह क्या है। एक करबला दे लोग हुसैन नालो कीता होया वादा पूरा कर रहे हैं कि हुसैन कहे ठिजरी डू मुहर्रम आखा मेरा कोई जवार आवे मैं हुसैन हुक्मन पे आदा उनकी खिदमत कराए। असदी लोग वापस वन लगे हुसैन आदिन बनी असद लोगों मेरी आखरी गाल सुन गिन मैं थोड़ा इमाम आज जुमरात अगले जुम्मे में बेजोर मारे अवन मैं तो कुकर बला ही बाकी दिए मेरी आखरी शर्त डा मुहर्रम दे पिछले पैर सड़िया कब्रा बड़ा छुड़ा। सुभान अल्लाह सुभान अल्लाह सुभान अल्लाह। गरीबां दा कोई ना उसी दफनावन वाला सजाद बीमार इन बाकिर दसन छोटे जी मजा ले बाबा मजा ले। अच्छा मौला जरा इन रिवायत ते गौर कराए भाई। अच्छा मौला बात मौला फरमाने नहीं भाई गाल हुजूर ओ क्या है फरमाने जड़ा मैं तो कुकर बला दी खरीदारी वास्ते सडवाए तू समेरो आमन लगे वे थारे कोलू थारियां औरतां पुछा किदे पवेंदी तुस अपने परदादारा को दसा सज्जाद अकबर दे बाबे हुसैन सदे पवेने औरतां तो आखा हुसैन कोलू पुछिया वाए असाली दियां दियां को मिलन केड़े लिया
ਫਰਮਾਇਆ ਬਣ ਕੇ ਆਪਣੀਆਂ ਔਰਤਾਂ ਕੋ ਆਖੋ ਜਿਹੜੇ ਲੈ ਤੁਹਾਡਾ ਦਿਲ ਆਖੇ ਸੈਣੀ ਤੁਹਾਡੀ ਇੰਤਜ਼ਾਰ ਚ ਮਗਰ ਹੁਸੈਨ ਪਿਆ ਦਿਨ ਹੀ ਕੱਲਾ ਨਹੀਂ ਆਵਣਾ ਹਰ ਮਾਂ ਆਪਣੇ ਬੱਚੇ ਕੋ ਅੰਗਲ ਨਾਲ ਲਾ ਕੇ ਆ ਸੁਭਾਨ ਅੱਲਾ ਸੁਭਾਨ ਅੱਲਾ ਸੁਭਾਨ ਰੋ ਪਵੋ ਯਾਰ ਤੁਹਾਡੇ ਰੋਵਣ ਵਾਸਤੇ ਪੜਦਾ ਕਿਹੜਾ ਇਤਨਾ ਟਾਈਮ ਹੈਗੇ ਹੋ ਗਏ ਤੁਹਾਡੇ ਵਿੱਚ ਮਜਲਿਸ ਪੜਦੇ ਆ ਕੋਈ ਨਵੀਂ ਗੱਲ ਹੈ ਕੁਰਬਾਨ ਥੀ ਭਵਾਂ ਬਾਲਾਂ ਕੋ ਨਾਲ ਖਿੱਦੀ ਆ ਸਨ ਬੱਚਾ ਬੱਚੀਆਂ ਕੋ ਨਾਲ ਖਿੱਦੀ ਆ ਸਨ ਬਣੀਆਂ ਸਾਡੇ ਲੋਕ ਮਸਤੂਰਾਤ ਪੁੱਛੇ ਹੁਸੈਨ ਦਾ ਖਿਆਲ ਹੈ ਠੀਕ ਹੈ ਸੈਣੀ ਦਾ ਪੁੱਛਾ ਆਵੇ ਖਰੀਅਤ ਨਾਲ ਖੈਮੇ ਲੱਗ ਗਏ ਨੇ ਆਪਣੀ ਆਪਣੀ ਮਸਨਤ ਦਾ ਜਲਵਾ ਕਰੋ ਗਏ ਟਾਈਮ ਮੁਲਾਕਾਤ ਦਾ ਪੁੱਛਾ ਆਵੇ ਅਸਾਂ ਸੈਣੀ ਦੀ ਜ਼ਿਆਰਤ ਕਰਨੀ ਫਰਮਾਇਦੇ ਨੇ ਹੁਸੈਨ ਹੁਣੇ ਸੱਡੇ ਮਗਰ ਖਾਲੀ ਨਹੀਂ ਵੰਜਣਾ ਬੱਚਾ ਕੁਨਾਲ ਕੀਤੀ ਮਿੰਬਰ ਦੀ ਕਸਮ ਹੈ ਦੋ ਮੁਹਰਮ ਪਿਛਲੇ ਪੈਰ ਦੀ ਕੇ ਰਹੀ ਨਾ ਹਰ ਬਣੀ ਅਸਾਂ ਦੀ ਔਰਤ ਆਪਣਾ ਬੱਚਾ ਕਹੇ ਹਾਂ ਨਾ ਲਾਏ ਕਹੇ ਅੰਗਲ ਨਾਲ ਲਾਏ ਅਲੀ ਦੀਆਂ ਧੀਆਂ ਦੇ ਖੈਮੇ ਜ਼ਿਆਰਤ ਤੋਂ ਫਾਰਗ ਹੋ ਗਈਆਂ ਹੁਣ ਹੁਸੈਨ ਔਰਤਾਂ ਕੋ ਸੱਡੇ ਬੱਚਿਆਂ ਕੋ ਸੱਡੇ ਔਰਤਾਂ ਤੋਂ ਡੇ ਕੇ ਆ ਦਿਨ ਤੁਸਾਂ ਮੇਰੀਆਂ ਬੇਟੀਆਂ ਹੀ ਵੇ ਮੇਰੇ ਮੰਨਣ ਵਾਲੀਆਂ ਆਜ਼ਾਦਾਰ ਹੀ ਵੇ ਮੈਂ ਤੁਹਾਡਾ ਇਮਾਮ ਹਾਂ ਡਾ ਮੁਹਰਮ ਮੈਂ ਮਾਰਾ ਬਣਨਾ ਹੋ ਸਕਦਾ ਹੈ ਫੌਜ ਦੇ ਡਰ ਤੂੰ ਤੁਹਾਡੇ ਮਰ ਸਾਡੀਆਂ ਲਾਸ਼ਾਂ ਨਾ ਦਫਨਾਵੇਂ ਮੈਂ ਤੁਹਾਨੂੰ ਪਿਆਰ ਆ ਮੈਂ ਕਰਬਲਾ ਦਿੱਤੀ ਹੈ ਡਾ ਮੁਹਰਮ ਦੇ ਪਿਛਲੇ ਪੈਰ ਖਾਲੀ ਘੜੇ ਭਰਾਏ ਚਵਾਏ ਚ ਫੁਰਾ ਦੇ ਕਿਨਾਰੇ ਤੇ ਪਾਣੀ ਭਰਨ ਦੇ ਬਹਾਨੇ ਲੱਗੀਆਂ ਵਾਏ ਪਾਣੀ ਭਰ ਗਿਨਾਏ ਗਰੀਬਾਂ ਦੀਆਂ ਕਬਰਾਂ ਹੀ ਬਣਾਏ ਸੁਭਾਨ ਅੱਲਾ ਸੁਭਾਨ ਅੱਲਾ ਸੁਭਾਨ ਅੱਲਾ ਸੁਭਾਨ ਅੱਲਾ ਇਹ ਤਾਂ ਮੈਂ ਰਿਵਾਇਤੀ ਲਫ਼ਜ਼ ਖੜਾ ਪੜ੍ਹਦਾ ਜਿਹੜੇ ਯਾਦ ਹਨ ਤੁਹਾਨੂੰ ਡੂ ਲਫ਼ਜ਼ ਮੈਂ ਇਜ਼ਾਫੀ ਪੜ੍ਹਨੇ ਜਿਹੜੇ ਨਹੀਂ ਪੜ੍ਹੇ ਵੇਂਦੇ ਹੀ ਮਜ਼ਮੂਨ ਕੁਰਬਾਨ ਥੀ ਪੂੰ ਸਰ ਝੁਕਾਏ ਔਰਤਾਂ ਆਕਾ ਦਫਨੇ ਸੂੰ ਕੋਸ਼ਿਸ਼ ਕਰੇ ਸੂੰ ਤੁਹਾਡੀਆਂ ਕਬਰਾਂ ਬਣਾਏ ਸੂੰ ਹੁਣ ਹੁਸੈਨ ਸਾਰੀਆਂ ਔਰਤਾਂ ਦੇ ਦਰਮਿਆਨ ਜੀ ਛੋਟੇ ਛੋਟੇ ਬਾਲ ਵੱਖਰੇ ਕੀਤੇ ਨੇ ਮਿੰਬਰ ਦੀ ਕਸਮ ਹੈ ਜਦੋਂ ਬਾਲ ਵੱਖਰੇ ਦੇਣ ਹੁਸੈਨ ਦਾ ਮਾਮਾ ਖੁੱਲ੍ਹ ਕੇ ਗੱਲ ਅੱਖੀ ਸਾਵਣ ਦੇ ਬਦਲ ਬਣ ਗਈਆਂ ਰੋ ਕੇ ਫਰਮਾਇਦੇ ਨੇ ਤੁਸੀਂ ਮੇਰੇ ਆਉਣ ਦੇ ਸਿੰਘ ਹੋ ਮੇਰੇ ਮੁਹੰਮਦ ਦੇ ਸਿੰਘ ਹੋ ਮੇਰੇ ਫਜ਼ਲ ਦੇ ਸਿੰਘ ਹੋ ਅੱਜ ਮਰਾ ਤੇ ਅਗਲੇ ਜੁੰਮੇ ਦੀ ਗਿਰਦੇ ਵੇਲੇ ਮੈਂ ਮਾਰੀਆ ਵੰਡਣੇ ਮੌਲਾ ਆਖਣਾ ਕਿ ਚਾਹੁੰਦੇ ਹੋ ਫਰਮਾਇਦੇ ਨੇ ਹੋ ਸਕਦਾ ਹੈ ਤੁਹਾਡਾ ਪਿਉਮਾ ਫੌਜ ਦੇ ਡਰ ਤੂੰ ਸਾਡੀਆਂ ਕਬਰਾਂ ਨਾ ਬਣਾਵੇ ਮੈਂ ਤੁਹਾਡੇ ਕੋਲੋਂ ਪੁੱਛਦਾ ਤੁਸੀਂ ਖੇਡਦੇ ਵੇ ਜਾਂ ਕੋਈ ਨਾ ਬੱਚੇ ਆਦੇ ਨੇ ਹਰ ਰੋਜ਼ ਖੇਡਦੇ ਆ ਮੌਲਾ ਫਰਮਾਇਆ ਕਿਹੜੇ ਲੈ ਖੇਡਦੇ ਹੋ ਕਦੀ ਕਿਹੜੇ ਲੈ ਖੇਡਦੇ ਆ ਗਰੀਬ ਕਿੱਥਾਂ ਖੇਡਦੇ ਹੋ ਮੌਲਾ ਘਰਾਂ ਦੇ ਬਾਹਰੋਂ ਖੇਡਦੇ ਆ ਹੁਸੈਨ ਦੇ ਡਾਮੀ ਵਾਲੇ ਨੀ ਤੁਸਾਂ ਬਸਤੀ ਚ ਨਹੀਂ ਖੇਡਣਾ ਘਰਾਂ ਦੇ ਬਾਹਰੋਂ ਨਹੀਂ ਕਰਬਲਾ ਲੱਗਿਆ ਵੇ ਇੱਕ ਇੱਕ ਝੋਲੀ ਰੇਤ ਦੀ ਭਰਾਏ ਜਾ ਸਾ ਗਰੀਬਾਂ ਦੀਆਂ ਲਾਸ਼ਾਂ ਤੇ ਸਟੇਂਦੇ ਵੜਾ ਤੁਹਾਡੀ ਖੇਡੋ ਵੈਸੀ ਕਰਬਲਾ ਦੇ ਗਰੀਬਾਂ ਦੀਆਂ ਕਬਰਾਂ ਮਾਤਮ ਕਰਨਾ ਸੀਨੇ ਤੇ ਹੱਥ ਮਾਰਾ ਖਾਏ ਹੁਸੈਨ ਬੜੀ ਰੂਹਾਨੀਅਤ ਤੇ ਬੜੀ ਕਬੂਲੀਅਤ ਤੇ ਮਜਲਿਸ ਮੇਰਾ ਦਿਲ ਤਾਂ ਹਾਈ ਬਈ ਤੁਹਾਨੂੰ ਇੱਕ ਆਖਿਰ ਤੇ ਕੱਛੀ ਦੀ ਸੌਗਾਤ ਹੀ ਸੁਣਾਵਾਂ ਹਾਂ ਮੈਂ ਮਗਰ ਤੁਸਾਂ ਸੁਸ ਥੀ ਕੇ ਗੈਰ ਹਾਜ਼ਰ ਗੈਰ ਦੇ ਥੀ ਕੇ ਸੁਣੇ ਬਸ ਇੱਕ ਲਫ਼ ਸੁਣ ਗਈ ਨੋ ਤੇ ਦੁਆ ਪਿਆ ਦੇਣ ਕੁਰਬਾਨ ਥੀ ਪੁੰਮ ਬਨੂ ਅਸਾ ਦੇ ਕਬੀਲੇ ਦੀਆਂ ਔਰਤਾਂ ਮਰਦ ਵਾਪਸ ਗਏ ਜੀ ਬਾਬਾ ਆਏ ਮਰਸੀਆ ਸੁਣਾਵਾਂ ਅੱਛਾ ਚਲੋ ਮੈਂ ਕੋਸ਼ਿਸ਼ ਕਰ ਗਿਨ ਜਿਹੜੇ ਹੀ ਕਦਮ ਮਿਸਰਾ ਮੈਂ ਕੋਈ ਯਾਦ ਇਹ ਤਾਂ ਸੌਗਾਤ ਤੇ ਗਮ ਬਨੂ ਅਸਾ ਦਾ ਕਬੀਲਾ ਵਾਪਸ ਹੋ ਜਿਨ੍ਹਾਂ ਬੇਫਿਜ਼ਾ ਖੈਮਾਂ ਦੇ ਬਾਹਰ ਆਏ ਸਰਦਾਰ ਹੁਸੈਨ ਭੇਣ ਯਾਦ ਕੀਤੇ ਹੁਸੈਨ ਭੇਣ ਦੇ ਖੈਮ ਚ ਗਏ ਮੇਰੀ ਸੈਣ ਤੜਫੀ ਹੈ ਹੁਸੈਨ ਤੂੰ ਇਮਾਮ ਹੈ ਜਿਹੜੇ ਵੇਲੇ ਦੀ ਕਰਬਲਾ ਆਈਆਂ ਮੈਂ ਕੁਝ ਗੱਲਾਂ ਮਹਿਸੂਸ ਕੀਤੀਆਂ ਮੈਂ ਕੁਜ਼ਰਾ ਉਹ ਰਾਜ਼ ਦੱਸ ਉਹ ਗੱਲ ਹੀ ਦੱਸਾਂ ਹੁਸੈਨ ਦਿਨ ਕਿਉਂ ਮਹਿਸੂਸ ਕੀਤੇ ਬੀਬੀਆਂ ਦੀਆਂ ਜਿਹੜੇ ਵੇਲੇ ਦੇ ਆਈਆਂ ਮੈਂ ਕੋਈ ਇਵੇਂ ਮਹਿਸੂਸ ਹੋਏ ਜੋ ਦਰਿਆ ਦੇ ਪਾਸੋਂ ਕਹਿ ਮਸਤੂਰ ਦੇ ਰੋਵਣ ਦੀ ਆਵਾਜ਼ ਆਉਂਦੀ ਹੁਸੈਨ ਭੈਣ ਦਾ ਸਰ ਚੁਮਕਿਆ ਦਿਨ ਸੱਚ ਏ ਸੱਚ ਬੀਬੀਆਂ ਦੀ ਮੈਂ ਬਈ ਗੱਲ ਮਹਿਸੂਸ ਕੀਤੀ ਕਰਬਲਾ ਦੀ ਜ਼ਮੀਨ ਮੇਰੇ ਅਕਬਰ ਦੀ ਜਵਾਨੀ ਕੁਰਾਸ ਨਾ ਸੀ ਸੈਦ ਭੈਣ ਦਾ ਸਰ ਚੁਮਕਿਆ ਦਿਨ ਇਹ ਹੀ ਸੱਚ ਫਿਰਾ ਦੇ ਗੱਲ ਲੱਗਿਆ ਦੀ ਮੈਂ ਕੁਫਰਾ ਦੇ ਪਾਣੀ ਚੂ ਅੱਬਾਸ ਦੇ ਖੂਨ ਦੀ ਖੁਸ਼ਬੂ ਪਈ ਆਉਂਦੀ
ਸਯਦਾ ਦੇ ਏਈ ਸੱਚ ਪੱਥਰ ਦਿਲ ਦਾ ਤਾਂ ਮੈਂ ਜ਼ਮੀਨ ਆ ਜਾਂਦੇ ਦਿਲ ਚ ਗੋਜ ਦਾ ਟੁਕੜਾ ਅੱਬਾ ਦੀ ਅਲਮਾਂ ਦੀ ਕਸਮ ਹੈ ਆਖਰੀ ਗੱਲ ਬੀਬੀ ਇਹੋ ਜਿਹੀ ਪੁੱਛੀਏ ਹੁਸੈਨ ਤਰੇ ਦਫਾ ਬੈਠਈਏ ਵਤ ਉਠਈਏ ਆਦੀਏ ਹੁਸੈਨ ਮੈਂ ਖੜੀ ਖੈਮਾ ਚਾ ਹਵਾ ਹੀ ਕੋਈ ਨਹੀਂ ਖੁੱਲੀ ਹੋਈ ਬਗੈਰ ਕਈ ਵਜ੍ਹਾ ਦੇ ਕਈ ਦਫਾ ਮੇਰੇ ਸਰ ਤੂੰ ਚਾਦਰ ਲਹਿ ਲੈ ਵੇ ਗਰੀਬ ਕਈ ਵੇਲੇ ਸੱਜੇ ਦੇ ਦੇ ਕਈ ਵੇਲੇ ਖੱਬੇ ਦੇ ਦਿਆ ਦੇ ਗਾਲੀ ਤਾਂ ਕੋਈ ਨਹੀਂ ਮੇਰੀ ਭੈਣ ਦਾ ਮੁਹਰਮ ਦੇ ਪਿਛਲੇ ਪੈਰ ਤੇਰੇ ਬੁਰਕੇ ਲਾਹੇ ਵੰਡਣ ਲਾਨਤੁਲਾਹ ਅਲਾ ਆਦਾਹਿ ਮਜਮਈਨ ਰੱਬ ਸੱਲੇ ਅਲਾ ਮੁਹੰਮਦ ਵ ਆਲ ਮੁਹੰਮਦ ਵਾਜਲ ਫਾਰਜ ਹਮ ਵਸੈਲ ਮਖਰਜ ਅੱਲਾਹੁਮਾ ਸੱਲੇ ਅਲਾ ਮੁਹੰਮਦ ਵ ਆਲ ਮੁਹੰਮਦ ਮਾਸ਼ਾ ਅੱਲਾ ਬਹੁਤ ਬੜੀ ਮਨਜ਼ੂਰ ਮਜਲਿਸ